ਦੱਸੋ ਕਿ ਇਹਦੇ ਚੋਲੇ ਵਾਲੀ ਕਿਹੜੀ ਗੱਲ ਹੈ? ਕੋਈ ਗੈਰ ਨਹੀਂ ਹੈ, ਇਹ ਡੇਰੇਦਾਰ ਪੰਜਾਬੀ ਰਾਕਟ ਸਾਇੰਸ ਸਾਰੇ ਆਪਣੇ ਭੈਣਾ ਭਰਾ। ਸਹੀ ਹੈ ਨਾ ਫਿਰ? ਮਹਾਂ ਸ਼ੁਕਰੀਆ। ਅੱਛਾ ਮਾਮਾ, ਇਹ ਦੱਸੋ ਕਿ ਜਿਹੜੀ ਤੁਹਾਡੀ ਸ਼ਾਦੀ ਹੋਈ ਸੀ, ਇਹ ਤੁਹਾਡੀ ਪਸੰਦ ਦੀ ਹੋਈ ਸੀ ਜਾਂ ਤੁਹਾਡੀ ਅੰਮਾ ਨੇ ਰਿਸ਼ਤਾ ਕੀਤਾ? ਕਿਸ ਤਰ੍ਹਾਂ ਉਹਨਾਂ ਇਹ ਗੱਲ ਖੋਲੀ? ਕੱਲ ਦਾ ਗਏ ਆ, ਪੂਰਾ ਤੇ ਨਜ਼ਰ ਹੀ ਨਹੀਂ ਆਉਂਦਾ ਤੇ ਲੈ ਕੇ ਮਾਇਕ ਮੇਰੇ ਅੱਗੇ ਬਹਿ ਗਿਆ। ਨਹੀਂ ਹੁੰਦਾ ਵੀ ਵਾਲਦਿਆਂ ਨੂੰ ਪੈਸੇ ਦੇ ਛੱਡੀਏ ਤੇ ਕੱਪੜੇ ਦੇ ਛੱਡੀਏ ਤੇ ਸਭ ਕੁਝ ਦੇਈਏ, ਆਪਣਾ ਟਾਈਮ ਵੀ ਥੋੜ੍ਹਾ ਜਿਹਾ ਦੇਣਾ ਚਾਹੀਦਾ। ਮਾਪੇ ਜਿਹੜੇ ਹੁੰਦੇ ਨੇ ਨਾ, ਇਹ ਗੱਲ ਆਖਦੇ ਨੇ ਵੀ ਉੱਥੇ ਹੀ ਮਰਨਾ ਜੇ ਤੇ ਉੱਥੇ ਹੀ ਜਿਉਣਾ ਜੇ। ਕਦੇ ਵੀ ਤੁਸੀਂ ਆ ਕੇ ਮੇਰੇ ਕੋਲ 2 ਮਿੰਟ ਮੰਜੀ 'ਤੇ ਬੈਠੇ ਹੋ। ਜਿਹੜੇ ਬੀਵੀ ਦੇ ਨੇ ਮਾਪੇ, ਉਹ ਵੀ ਮਾਪੇ, ਮਰਦ ਦੇ ਵੀ ਉਹ ਮਾਪੇ ਹੁੰਦੇ। ਵੇਖ ਰਹੇ ਹੋ ਲੰਡਨ ਦੇ ਪੰਜਾਬੀ ਰਾਕਰ ਸਾਇੰਸ ਚੈਨਲ, ਅੱਜ ਹੈਪੀ ਮਦਰ ਡੇ, ਔਰ ਮੈਂ ਅੰਮੀ ਦੇ ਨਾਲ ਜ਼ਰਾ ਗੱਪਸ਼ਪ ਲਾਉਣਾ ਚਾਹੁੰਦਾ ਅਤੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰੀਏ। ਆਓ ਰਲ ਮਿਲ ਕੇ ਸਵਾਲ ਜਵਾਬ ਕਰਨੇ ਅੰਮੀ ਦੇ ਨਾਲ, ਔਰ ਮੈਂ ਇਕੱਲਿਆਂ ਨਹੀਂ ਕਰ ਸਕਦਾ, ਤੁਸੀਂ ਮੇਰੇ ਨਾਲ ਰਹੋ। ਅੱਜ ਹੈਪੀ ਮਦਰ ਡੇ ਹੈ ਅਤੇ ਤੁਹਾਨੂੰ ਮੁਬਾਰਕ ਹੋਵੇ। ਖੈਰ ਮੁਬਾਰਕ। ਅੱਛਾ ਅੰਮੀ, ਇਹ ਕੈਂਡੀ ਗੋ ਮਦਰ ਡੇ ਦਾ ਮਤਲਬ ਪਤਾ ਜੀ ਕੀ ਹੈ? ਮੈਨੂੰ ਬੇਸਿਕਲੀ ਮਾਵਾਂ ਵਾਸਤੇ ਗੋਰੇ ਇੱਕ ਦਿਨ ਮਨਾਉਂਦੇ ਨੇ ਕਿ ਚਲੋ ਜੀ ਮਾਵਾਂ ਦਾ ਖਿਆਲ ਰੱਖਿਆ ਜਾਏ ਕਮ ਅਜ਼ ਕਮ। ਜਿਸ ਤਰ੍ਹਾਂ ਸਾਲ ਦੇ ਵਿੱਚ ਨਾ ਹਰ ਦਿਨ ਇਹਨਾਂ ਨੇ ਕਿਸੇ ਨਾ ਕਿਸੇ ਚੀਜ਼ ਨੂੰ ਦੇ ਨਾਲ ਮੁਨਸਲਿਕ ਕੀਤਾ ਹੁੰਦਾ। ਅਮੀ, ਤੁਸੀਂ ਇੱਕ ਮਾਂ ਹੋ ਔਰ ਇੱਕ ਤੁਹਾਡੀ ਬੇਟੀਆਂ ਵੀ ਇੱਕ ਮਾਂ ਨੇ, ਔਰ ਤੁਹਾਡੀ ਆਪਣੀ ਮਾਂ ਵੀ ਇੱਕ ਮਾਂ ਸੀ, ਤੁਹਾਡੀ ਆਪਣੀ ਵਾਲਦਾ, ਇਹਨਾਂ ਤਰ੍ਹਾਂ 'ਚੋਂ ਤੁਹਾਨੂੰ ਕਿਹੜੀ ਮਾਂ ਸਭ ਤੋਂ ਅੱਛੀ ਲੱਗੀ ਹੈ? ਮਾਂ ਆਪਣੀ ਅੱਛੀ ਲੱਗੀ ਜਿਹੜੀ ਦੁਨੀਆ ਤੋਂ ਚਲੀ ਗਈ। ਤੁਹਾਡੀ ਅੰਮੀ ਦੇ ਬਾਰੇ 'ਚ ਕੋਈ ਗੱਲਬਾਤ ਸੁਣਾਓ। ਸਾਡੀ ਅੰਮੀ ਬਹੁਤ ਅੱਛੀ ਸੀ, 80 ਸਾਲ ਦੀ ਉਮਰ 'ਚ ਫੌਤ ਹੋਈ ਸਾਡੀ ਮਾਂ, ਅਤੇ ਬੜਾ ਪਿਆਰ ਕਰਦੀ ਸੀ ਆਪਣੀਆਂ ਬੇਟੀਆਂ ਨਾਲ ਵੀ ਅਤੇ ਬੇਟਿਆਂ ਨਾਲ ਵੀ, ਬਹੁਤ ਅੱਛਾ ਬੰਦਾ ਸੀ। ਜਦੋਂ ਤੁਸੀਂ ਬਚਪਨ 'ਚ ਹੋਸ਼ ਸੰਭਾਲਿਆ ਸੀ ਅਤੇ ਸਭ ਤੋਂ ਪਹਿਲੇ ਆਪਣੀ ਵਾਲਦਾ ਦੇ ਬਾਰੇ 'ਚ ਜਿਹੜੀ ਕੋਈ ਗੁਫ਼ਤਗੂ ਉਹਨਾਂ ਦੇ ਨਾਲ ਹੁੰਦੀ ਸੀ, ਕੋਈ ਗੱਲਬਾਤ, ਕੋਈ ਸੁਹਾਨੀ ਯਾਦ ਕਿਹੜੀ ਸੀ? ਕੋਈ ਯਾਦ ਹਰ ਵਕਤ ਹੁੰਦੀ ਸੀ, ਹਰ ਵਕਤ ਹੁੰਦੀ ਸੀ। ਮਾਂ ਬਹੁਤ ਪਿਆਰ ਕਰਦੀ ਸੀ ਮੇਰੇ ਨਾਲ, ਮੈਂ ਛੋਟੀ ਸਾਂ, ਸਭ ਤੋਂ ਜ਼ਿਆਦਾ ਮੇਰੇ ਨਾਲ ਮਾਂ ਪਿਆਰ ਕਰਦੀ ਸੀ, ਅਤੇ ਬਹੁਤ ਅੱਲਾ ਦੀ ਬੰਦੀ ਸੀ। 5 ਵਕਤ ਨਮਾਜ਼ ਪੜ੍ਹਨੀ, ਕੁਰਾਨ ਪਾਕ ਪੜ੍ਹਨਾ, ਭੈਣਾਂ ਭਰਾਵਾਂ ਦੀ ਬੜੀ ਮੁਹੱਬਤ ਸੀ ਉਹਦੇ ਦਿਲ 'ਚ, ਅਤੇ ਆਪਣੀ ਔਲਾਦ ਦੀ ਵੀ। ਅੱਛਾ ਬੰਦਾ ਸੀ। ਕੋਈ ਐਸਾ ਦਿਨ? Do you want sour candy? Yeah. Okay. Afnan, can you bring a sour candy for Tamur, please? He is asking for a sour candy. ਅੱਛਾ ਅਮੀ, ਬੇਬੇ ਨੂੰ ਜ਼ਿੰਦਗੀ 'ਚ ਸਭ ਤੋਂ ਚੋਖਾ ਤੁਹਾਡੇ 'ਤੇ ਗੁੱਸਾ ਆਇਆ ਹੋਵੇ ਅਤੇ ਉਹਨਾਂ ਨੇ ਤੁਹਾਨੂੰ ਫੈਂਟੀ ਲਾਈ ਹੋਵੇ, ਕੋਈ ਐਸਾ ਦਿਨ? ਆਇਆ ਹੈ ਮਾਂ ਮੇਰੀ ਨੂੰ, ਲੇਕਿਨ ਫੈਂਟੀ ਸ਼ੈਂਟੀ ਵਾਲਾ ਗੱਲ ਕੋਈ ਨਹੀਂ, ਇੱਕ ਦੋ ਥੱਪਾ ਨਾ ਮਾਰ ਲਿਆ ਵੇ, ਥੱਪੜ ਮਾਰਿਆ ਨੇ ਇੱਕ ਦੋ, ਉਹ ਵੀ ਮੇਰੀ ਕਮਰ 'ਚ, ਅਤੇ ਉਹ ਵੀ ਇਸ ਵਜ੍ਹਾ ਤੋਂ ਵੀ ਮੈਂ ਨਾਲਾ ਵੀ ਬਣਾਉਂਦੀ ਸਾਂ ਅਤੇ ਛੱਡ ਦਿੱਤਾ, ਅਤੇ ਮੇਰੀ ਮਾਂ ਨੇ ਕਿਹਾ ਇਹ ਨਾਲੇ ਨੂੰ ਖਤਮ ਕਰ, ਇਹ ਤੀਲਾਂ 'ਤੇ ਤਾਂ ਬਣਦੇ ਹੁੰਦੇ ਸਨ, ਅਤੇ ਮੈਂ ਫਿਰ ਉਹ ਡਰਦੀ ਬਹਿ ਗਈ, ਮੈਨੂੰ ਜਿਸੇ ਥੱਪੜ ਲੱਗਾ ਅਤੇ ਮੈਂ ਨਾਲਾ ਸ਼ਾਮ ਤੱਕ ਮੈਂ ਗੁੱਸੇ ਨਾਲ ਉਹ ਬਣਾਉਂਦੀ ਰਹੀ, ਖਤਮ ਕਰਕੇ ਫਿਰ ਮੈਂ ਉੱਠੀ, ਫਿਰ ਮੇਰੀ ਮਾਂ ਬੜੀ ਖੁਸ਼ ਹੋਈ, ਅਤੇ ਫਿਰ ਮੇਰੀ ਮਾਂ ਨੇ ਕਿਹਾ ਇੰਜ ਦੇ ਤਾਂ ਮੈਂ ਤੈਨੂੰ ਪਹਿਲਾਂ ਹੀ ਲਾ ਦਿੰਦੀ ਅਤੇ ਆ ਮੁੱਕ ਜਾਣਾ ਸੀ ਕੰਮ ਜਿਹੜਾ ਹੁਣ ਤੂੰ ਮੁਕਾਇਆ।
ਇਸ ਤਰ੍ਹਾਂ ਮੇਰੀਆਂ ਤਾਂ ਝੜਫਾਂ ਹੁੰਦੀਆਂ ਹੀ ਰਹਿੰਦੀਆਂ ਸਨ। ਅੱਛਾ, ਕਦੇ ਬੇਬੇ ਨੇ ਤੁਹਾਨੂੰ ਕੁੱਟਿਆ ਹੋਵੇ ਜਾਂ ਤੁਹਾਨੂੰ ਉਹਨਾਂ ਦੇ ਵੱਟ ਚੜਿਆ ਹੋਵੇ, ਉਹ ਤੁਸੀਂ ਬੇਬੇ ਦੀ ਸ਼ਿਕਾਇਤ ਲਾਈ ਹੋਵੇ ਆਪਣੇ ਅੱਬੇ ਨਾਲ, ਕੋਈ ਐਸਾ ਮੌਕਾ? ਅੱਬੇ ਨਾਲ ਨਹੀਂ ਲਾਈ ਸ਼ਿਕਾਇਤ, ਆਪਣੀ ਮਾਂ ਦੀ ਆਪਣੇ ਭਰਾ ਨਾਲ ਲਾਈ ਸੀ ਜਿਹੜਾ ਫੋਤ ਹੋ ਗਿਆ, ਅੱਜ ਸ਼ਰੀਫ ਨਾਲ ਲਾਈ ਸੀ। ਕੀ ਕਿਹਾ ਸਰ? ਜਿਸ ਵੇਲੇ ਮੈਨੂੰ ਕੋਈ ਗੁੱਸਾ ਹੁੰਦਾ ਸੀ ਨਾ ਤਾਂ ਮੈਂ ਫਿਰ ਉਹਨੂੰ ਦੱਸਦੀ ਸਾਂ ਅਤੇ ਉਹ ਫਿਰ ਮਾਂ ਨੂੰ ਕਵਰ ਕਰ ਲੈਂਦਾ ਸੀ। ਅਤੇ ਬੇਬੇ ਨੇ ਕਦੇ ਗਿਲਾ ਨਹੀਂ ਕੀਤਾ ਕਿ ਉਮੀਦਾਂ ਤੂੰ ਮੇਰੀਆਂ ਸ਼ਿਕਾਇਤਾਂ ਲਾਉਂਦੀ ਮੇਰੇ? ਉਹਨੂੰ ਉਹ ਵੀ ਬੜਾ ਪਿਆਰਾ ਸੀ ਨਾ, ਉਹਦੀ ਗੱਲ ਮੰਨਦੀ ਸੀ ਨਾ ਬੇਬੇ। What's that demo? Disgusting. How we can't eat this? Oh yeah, we can't eat this. This is very disgusting. I want a green sour candy. Okay, we will see. Let me first interview your grandma. Acha mama, ye dasso ke ਤੁਸੀਂ ਬਚਪਨ ਦੇ ਵਿੱਚ, ਵੇਖੋ ਨਾ ਹੁਣ ਤੈਮੂਰ ਆਉਂਦਾ ਕੈਂਡੀ ਲੈ ਕੇ ਆਵੋ, ਲੋਲੀਪੋਪ ਲੈ ਕੇ ਆਵੋ, ਮੇਰੇ ਵਾਸਤੇ ਸਵੀਟਸ ਲੈ ਕੇ ਆਵੋ, ਬਾਹਰ ਜਿਵੇਂ ਸ਼ਾਪਿੰਗ ਕਰਨ ਜਾਂਦੇ ਹੋ, ਤੁਸੀਂ ਆਪਣੀ ਬੇਬੇ ਨੂੰ ਕੀ ਕਹਿੰਦੇ ਸੋ ਮੈਂ ਕੀ ਖਾਣਾ? ਜਿਸ ਵਕਤ ਕੋਈ ਈਦ ਆਉਂਦੀ ਸੀ, ਦਿਨ ਦਿਹਾੜਾ ਹੁੰਦਾ ਸੀ, ਅਤੇ ਮੈਂ ਆਪਣੀ ਮਾਂ ਨੂੰ ਤੰਗ ਕਰਦੀ ਸਾਂ ਮੈਨੂੰ ਚੂੜੀਆਂ ਚੜਾ, ਅਤੇ ਮੇਰੀ ਮਾਂ ਮੈਨੂੰ ਚੂੜੀਆਂ ਚੜਾਉਂਦੀ ਸੀ, ਕੱਪੜੇ ਨਵੇਂ ਲੈ ਲਓ, ਸੂਟ ਮੰਕੀ ਕੈਨੀ ਬਨਾਨਾ, ਬੈਠ ਜਾਓ ਨੀਚੇ, ਉਹ ਦਾ ਬਟਰਫਲਾਈ, ਬੈਠ ਜਾਓ ਮੇਰੇ ਸੇ ਬਾਤ ਕਰੋ, ਮੇਰੇ ਨਾਲ ਮੇਰੇ ਨਾਲ ਗੱਲ ਕਰ ਲੈ ਪੁੱਤਰ, ਸੁਣਿਆ ਨਹੀਂ ਮੈਂ ਕੀ ਕਹਿ ਰਹੀ ਹਾਂ? ਅੱਜ ਪਲੇਗਰਾਊਂਡ ਗਿਆ ਸਾਂ ਨਾ, ਅਤੇ ਝੂਲੇ 'ਤੇ ਬਹਿ ਕੇ ਮੇਰੇ ਪੁੱਤਰ ਨੇ ਝੂਲੇ ਲਏ ਅਤੇ ਆਖੇ ਦਾਦੋ ਬਹੁਤ ਮਜ਼ਾ ਆ ਰਿਹਾ, ਦਾਦੋ ਬਹੁਤ ਮਜ਼ਾ ਆ ਰਿਹਾ, ਮੇਰੇ ਬੇਟੇ ਨੇ ਬੜੇ ਮਜ਼ੇ ਲਏ ਉੱਥੇ ਝੂਲੇ ਦੇ ਵਿੱਚ ਬਹਿ ਕੇ, ਮਹਾਂ ਸ਼ੁਕਰੀਆ। ਅੱਛਾ ਮਾਮਾ, ਇਹ ਦੱਸੋ ਕਿ ਜਿਹੜੀ ਤੁਹਾਡੀ ਸ਼ਾਦੀ ਹੋਈ ਸੀ, ਇਹ ਤੁਹਾਡੀ ਪਸੰਦ ਦੀ ਹੋਈ ਸੀ ਜਾਂ ਤੁਹਾਡੀ ਅੰਮਾ ਨੇ ਰਿਸ਼ਤਾ ਕੀਤਾ ਸੀ? ਮੇਰੀ ਮਾਂ ਨੇ ਰਿਸ਼ਤਾ ਕੀਤਾ ਸੀ। ਤੁਸੀਂ ਵੇਖਿਆ ਸੀ ਅੱਬੇ ਨੂੰ ਜਾਂ ਫੋਟੋ ਵਿਖਾਈ ਸਨ ਜਾਂ ਨਹੀਂ? ਨਹੀਂ, ਕੁਛ ਵੀ ਨਹੀਂ ਸੀ ਵੇਖਿਆ, ਉਦੋਂ ਹੀ ਵੇਖਿਆ ਸੀ ਜਦੋਂ ਮੰਗਣੀ ਹੋ ਗਈ ਸੀ ਅਤੇ ਬਾਅਦ 'ਚ ਇੱਕ ਵਾਰੀ ਗਿਆ ਸੀ। ਬੇਬੇ ਦੇ ਕੀ ਲਫ਼ਜ਼ ਸਨ, ਕਿਹੜੇ ਵੇਲੇ ਤੁਹਾਨੂੰ ਪਤਾ ਲੱਗਾ, ਕਿਸ ਤਰ੍ਹਾਂ ਉਹਨਾਂ ਇਹ ਗੱਲ ਖੋਲ੍ਹੀ? ਨਹੀਂ ਦੱਸੋ ਕਿ ਇਹਦੇ ਚੋਲੇ ਵਾਲੀ ਕਿਹੜੀ ਗੱਲ ਹੈ, ਕੋਈ ਗੈਰ ਨਹੀਂ ਹੈ, ਇਹ ਡੇਰੇਦਾਰ ਪੰਜਾਬੀ ਰਾਕਟ ਸਾਇੰਸ, ਸਾਰੇ ਆਪਣੇ ਭੈਣਾਂ ਭਰਾ। ਸਹੀ ਹੈ ਨਾ, ਫਿਰ ਮਾਂ ਪਿਓ ਦੀ ਮਰਜ਼ੀ ਨਾਲ ਹੋਇਆ। ਮੰਕੀ ਜੰਪਿੰਗ ਅੰਦਰ ਬੈਠਦੇ ਮੂੰਹ, ਇੱਕ ਆਮ ਤਾਸਰ ਕਿ ਮਾਵਾਂ ਹੁੰਦੀਆਂ ਨੇ ਨਾ ਜਿਹੜੀਆਂ, ਉਹ ਜਿਹੜੇ ਬੱਚੇ ਨਲੈਕ ਹੁੰਦੇ ਨੇ ਉਹਨਾਂ ਦਾ ਜ਼ਿਆਦਾ ਖਿਆਲ ਰੱਖਦੀਆਂ ਨੇ, ਲੈਕਾਂ ਕੋ ਖੋ ਖੋ ਕੇ ਨਲੈਕਾਂ ਨੂੰ ਖਵਾਉਂਦੀਆਂ ਨੇ, ਕਿਆ ਇਹ ਤਾਸਰ ਸਹੀ ਹੈ ਜਾਂ ਗਲਤ? ਉਹ ਬਿਸਮਿਲ੍ਲਾ, ਇਹ ਸਹੀ, ਇਸ ਤੋਂ ਇੱਕ ਬੱਚਾ ਹੈ ਉਹ ਸੈੱਟ ਹੈ, ਉਹ ਖਾਂਦਾ ਪੀਂਦਾ, ਇੱਕ ਗਰੀਬ ਹੈ, ਅਤੇ ਜੇ ਉਹਦੇ ਕੋਲ ਲੈ ਕੇ ਉਹਨੂੰ ਬੱਚੇ ਨੂੰ ਦੇ ਗਏ, ਗੁਨਾਹ ਕੋਈ ਨਹੀਂ, ਕਿਸੇ ਦੀ ਮਦਦ ਕਰਨੀ ਗੁਨਾਹ ਕੋਈ ਨਹੀਂ। ਲੇਕਿਨ ਇਹ ਹੱਕ ਤਲਫੀ ਨਹੀਂ ਹੈ, ਇੱਕ ਮਿਹਨਤ ਜ਼ਿਆਦਾ ਕਰਦਾ? ਨਹੀਂ ਨਹੀਂ ਨਹੀਂ, ਕੋਈ ਹੱਕ ਤਲਫੀ ਨਹੀਂ। ਅੱਛਾ, ਤੁਹਾਡੀਆਂ ਬੇਟੀਆਂ ਨੇ ਜਿਹੜੀਆਂ, ਉਹ ਵੀ ਮਾਵਾਂ ਨੇ, ਤੁਸੀਂ ਵੀ ਮਾਂ ਹੋ ਔਰ ਤੁਹਾਡੀ ਮਾਂ ਵੀ ਮਾਂ ਹੈ, ਤੁਹਾਡੇ ਖਿਆਲ ਦੇ ਵਿੱਚ ਕਿਹਦੀ ਮਮਤਾ 'ਚ ਕਮੀ ਤੁਸੀਂ ਵੇਖਦੇ ਹੋ ਕਿ ਬਈ ਜ਼ਿਆਦਾ ਇੰਪਰੂਵਮੈਂਟ ਇੱਥੇ ਹੋ ਸਕਦੀ ਸੀ, ਕੋਈ ਬਿਹਤਰੀ ਦੇ ਚਾਂਸ ਹੈ? ਸਾਂ ਕੋਈ ਨਹੀਂ, ਮਤਲਬ ਹੈ ਕਮੀ ਕੋਈ ਨਹੀਂ, ਆਪਣੀਆਂ ਆਪਣੀਆਂ ਮਾਵਾਂ ਆਪਣੀ ਔਲਾਦ ਵਾਸਤੇ ਬਿਲਕੁਲ ਠੀਕ ਨੇ।
ਤੁਹਾਡੇ ਕਿੰਨੇ ਬੱਚੇ ਨੇ? ਮੇਰੇ ਮਾਸ਼ਾਅੱਲਾ 6 ਬੱਚੇ, ਸਾਰਿਆਂ 'ਚੋਂ ਲੈਕ ਕੇ 4 ਬੇਟੇ ਔਰ 2 ਬੇਟੀਆਂ, ਸਾਰੇ ਹੀ ਲੈਕ ਨੇ। ਨਲੈਕ ਮੈਂ ਨਹੀਂ ਕਹਿ ਸਕਦੀ ਕਿਸੇ ਨੂੰ, ਥੋੜ੍ਹਾ ਬਹੁਤਾ ਨਹੀਂ 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 ਮੈਂ ਨਹੀਂ ਕਹਿਣਾ ਨਲੈਕ ਕਿਸੇ ਨੂੰ, ਸਾਰੇ ਹੀ ਅੱਛੇ ਨੇ, ਆਪਣੀ ਆਪਣੀ ਜਗ੍ਹਾ 'ਤੇ ਬਹੁਤ ਅੱਛੇ ਨੇ। ਅੱਛਾ, ਤੁਸੀਂ ਐਜ਼ ਏ ਮਦਰ ਆਪਣੇ ਬੱਚਿਆਂ ਕੋਲ ਕੀ ਐਕਸਪੈਕਟ ਕਰਦੇ ਹੋ? ਅੱਛਾ ਐਕਸਪੈਕਟ ਕਰਨੀ ਆ, ਮੇਰੇ ਅੱਛੇ ਨੇ ਬੱਚੇ, ਮੇਰੇ ਤਾਬਿਆਦਾਰ ਨੇ, ਨਾ ਫਰਮਾਨ ਨਹੀਂ, ਜੋ ਮੈਂ ਉਹਨਾਂ ਨੂੰ ਆਖਾਂ ਉਹ ਮੇਰੀ ਗੱਲ ਮੰਨਦੇ। ਮਤਲਬ ਇੱਕ ਮਾਂ ਹੈ ਜਿਹੜੀ ਆਪਣੇ 4 ਬੱਚਿਆਂ ਦੇ ਉਹ ਮਤਲਬ ਬਾਪ ਬਣੇ ਨੇ, ਫਿਰ ਵੀ ਮੇਰੀ ਉਹ ਮੰਨਦੇ, ਮੇਰੇ ਨਾ ਫਰਮਾਨ ਨਹੀਂ। ਨਹੀਂ ਨਾ ਫਰਮਾਨ ਤਾਂ ਚਲੋ ਠੀਕ ਹੈ, ਨਹੀਂ ਮਾਸ਼ਾਅੱਲਾ, ਲੇਕਿਨ ਤੁਸੀਂ ਕੀ ਐਕਸਪੈਕਟ ਕਰਦੇ ਹੋ? ਮੈਨੂੰ ਜ਼ਿਆਦਾ ਪੈਸੇ ਦੇਣ, ਜਾਂ ਮੈਨੂੰ ਕਾਲ ਕਰਨ, ਜਾਂ ਮੈਨੂੰ ਵਨ ਪੋਨੇ ਖਾਣੇ ਛਾਣੇ ਬਣਾ ਕੇ ਦੇਣ? ਕੀ ਕੀ ਇੱਕ ਮਾਂ ਹੈ ਜਿਹੜੀ ਉਹ ਕੀ ਤਵੱਕੋ ਰੱਖਦੀ ਆ ਆਪਣੇ ਬੱਚਿਆਂ ਤੋਂ ਕਿ ਇਹ ਇੰਝ ਮੇਰੇ ਨਾਲ ਗੱਲ ਕਰਨ ਜਾਂ ਇਹ ਵਰਤਾਓ ਕਰਨ ਅਤੇ ਮੇਰਾ ਦਿਲ ਜ਼ਿਆਦਾ ਖੁਸ਼? ਤਵੱਕੋ ਰੱਖਦੀ ਇੱਕ ਬੱਚਾ ਕੱਲ੍ਹ ਦਾ ਗਏ ਆ, ਪੂਰਾ ਤਾਂ ਨਜ਼ਰ ਹੀ ਨਹੀਂ ਆਉਂਦਾ, ਅਤੇ ਲੈ ਕੇ ਮਾਇਕ ਮੇਰੇ ਅੱਗੇ ਬਹਿ ਕੇ। ਨਹੀਂ ਇਹ ਦੋਸਤੋ ਬੜਾ ਵੱਡਾ ਡਰਾਬੈਕ, ਇਹ ਕੱਟ ਛੜੀ। ਅੱਛਾ ਅੱਛਾ, ਅੰਮੀ ਆਉਂਦੇ ਨੇ ਪਿਆ ਕੱਟ ਛੜੀ। ਅਸਲ 'ਚ ਨਾ ਇਹ ਬੜਾ ਵੱਡਾ ਇੱਕ ਡਰਾਬੈਕ ਹੈ ਕਿ ਜਿਨ੍ਹਾਂ ਦੀਆਂ ਤਾਂ ਮਾਵਾਂ ਪਾਕਿਸਤਾਨ ਨੇ, ਅਸੀਂ ਪਰਦੇਸੀ ਬਾਹਰ ਬੈਠੇ ਹਾਂ, ਅਤੇ ਚਲੋ ਕੋਈ ਨਹੀਂ, ਪੈਸੇ ਸ਼ੈਸੇ ਤੁਸੀਂ ਖਰਚਾ ਮਰਚਾ ਭੇਜ ਦਿਓ, ਟਾਈਮ ਦੀ ਜਿਹੜੀ ਹੈ ਨਾ ਉਹ ਗਿਲਾ ਨਹੀਂ ਹੁੰਦਾ। ਲੇਕਿਨ ਇੱਥੇ ਇੱਕ ਇਹ ਮੇਰੀ ਖਾਮੀ ਹੈ ਕਿ ਅੰਮੀ ਇੱਥੇ ਆਏ ਨੇ ਮਾਸ਼ਾਅੱਲਾ ਮੇਰੇ ਕੋਲ, ਔਰ ਮੈਂ ਉਨਾ ਟਾਈਮ ਨਹੀਂ ਦੇ ਪਾਉਂਦਾ ਪਿਆ ਜਿੰਨਾ ਦੇਣਾ ਚਾਹੀਦਾ। ਔਰ ਜਿੰਨੇ ਤੁਸੀਂ ਭੈਣਾਂ ਭਰਾਓ ਪਾਕਿਸਤਾਨੀ ਆ ਬਾਹਰ, ਕੋਸ਼ਿਸ਼ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ ਟਾਈਮ ਵੀ ਮਾਵਾਂ ਨੂੰ ਦਿਆ ਕਰੋ, ਕਿਉਂਕਿ ਮਾਵਾਂ ਸਿਰਫ ਤੈਮੂਰ ਦਿੰਦਾ, ਤੈਮੂਰ ਟਾਈਮ ਦਿੰਦਾ ਮੈਨੂੰ, ਹੋਰ ਕੋਈ ਬੰਦਾ ਨਹੀਂ ਟਾਈਮ ਦਿੰਦਾ। ਤੈਮੂਰ ਤੰਗ ਨਹੀਂ ਕਰਦਾ ਦੋਸਤੋ, ਮਾਵਾਂ ਨੂੰ ਟਾਈਮ ਹੀ ਦੇਣਾ ਚਾਹੀਦਾ, ਸਿਰਫ ਪੈਸਿਆਂ ਦੀ ਜਾਂ ਕੱਪੜਿਆਂ ਜੁੱਤੀਆਂ ਦੀ ਜਾਂ ਵਨ ਪੋਨੇ ਖਾਣਿਆਂ ਦੀ ਜ਼ਰੂਰਤ ਨਹੀਂ ਹੁੰਦੀ। ਸਭ ਤੋਂ ਵੱਧ ਕੇ ਤੁਹਾਡਾ ਟਾਈਮ ਆਪਣੀ ਮਸਰੂਫ ਜ਼ਿੰਦਗੀ 'ਚੋਂ ਮੋਬਾਈਲਾਂ ਨੂੰ ਥੋੜ੍ਹਾ ਸਾਈਡ 'ਤੇ ਰੱਖ ਕੇ, ਟੀ ਵੀ ਨੂੰ ਬੰਦ ਕਰਕੇ, ਦਫ਼ਤਰ ਤੋਂ ਕੋਈ ਅੱਧਾ ਘੰਟਾ ਪਹਿਲੇ ਆ ਕੇ, ਬਿਜ਼ਨਸ ਮੀਟਿੰਗ ਨੂੰ ਥੋੜ੍ਹਾ ਜਿਹਾ ਬੰਦਾ ਡਿਲੇ ਕਰਕੇ, ਪੈਂਡਿੰਗ ਕਰਕੇ ਮਾਵਾਂ ਨੂੰ ਟਾਈਮ ਦੇਣਾ ਚਾਹੀਦਾ। ਬੀਬੀ ਦੱਸੋ ਨਾ ਕਿਤਨਾ ਕੁ ਟਾਈਮ ਮੈਨੂੰ ਦਿੰਦੇ ਹੋ ਦਿਹਾੜੀ 'ਚ, ਪਹਿਲੇ ਤੁਸੀਂ ਦੱਸੋ, ਇਹ ਸਵਾਲ ਤਾਂ ਤੁਹਾਡੇ ਕੋਲ ਮੈਂ ਪੁੱਛਣਾ, ਵੀ ਕਿਤਨਾ ਟਾਈਮ ਮੈਨੂੰ ਦਿੰਦੇ ਹੋ? 1.5 ਸਾਲ ਹੋਇਆ ਤੁਹਾਡੇ ਕੋਲ ਆ ਕੇ ਮੈਨੂੰ ਬੈਠੇ ਹਾਂ, ਅਤੇ ਕਿਤਨਾ ਟਾਈਮ ਮੈਨੂੰ ਦਿਨ 'ਚ ਤੁਸੀਂ ਦਿੰਦੇ ਹੋ? ਅਮੀ ਤੁਹਾਡੀ ਗੱਲ ਆਪਣੀ ਹੁੰਦਾ, ਕਿਹੜੇ ਵੇਲੇ ਤੁਸੀਂ ਆਉਂਦੇ ਹੋ ਅਤੇ ਕਿਹੜੇ ਵੇਲੇ ਜਾਂਦੇ ਹੋ? ਅਮੀ ਤੁਹਾਡੀ ਗੱਲ ਆਪਣੀ ਜਗ੍ਹਾ 'ਤੇ ਬਜਾਏ, ਲੇਕਿਨ ਤੁਸੀਂ ਖੁਦ ਆ ਕੇ ਵੇਖ ਹੀ ਲਿਆ ਨਾ ਪ੍ਰਦੇਸ਼ਾਂ ਦੀ ਜ਼ਿੰਦਗੀ। ਮਜ਼ਬੂਰੀਆਂ ਨੇ ਨਾ, ਮਜ਼ਬੂਰੀਆਂ ਨੇ, ਤੁਸੀਂ ਵੀ ਮਜ਼ਬੂਰ ਹੋ ਅਤੇ ਮੈਂ ਵੀ ਗੱਲ ਕਰਨ ਨੂੰ ਮਜ਼ਬੂਰ ਹਾਂ। ਸਾਡੇ ਘਰ ਚ ਕਿ ਨਹੀਂ ਉਹ ਹੈ, ਬੱਚਾ ਵੀ ਨਾ ਹੋਵੇ ਤੇ ਮੈਂ ਤੇ ਅੱਜ ਨੂੰ ਖਤਮ ਹੋ ਗਈ ਹੁੰਦੀ। ਮੈਂ ਤੇ ਬੇਫਿਕਰਾ ਹੋ ਕੇ ਬਾਹਰ ਕੰਮਾਂ ਕਾਜਾਂ ਚ ਲੱਗਾ ਰਹਿਣਾ, ਮੈਨੂੰ ਪਤਾ ਜਣਾ ਘਰ ਹੈ ਤੁਹਾਡੇ ਕੋਲ, ਬੈਠਾ ਤੇ ਤੈਨੂੰ ਠਾਲ ਕੇ ਖੜਿਆ, ਉਹ ਤੇ ਆਪ ਮਜਬੂਰ ਹੈ। ਮਾਮਾ ਇੱਕ ਇਹ ਵੀ ਕੋੜੀ ਹਕੀਕਤ ਹੈ ਦੁਨੀਆਂ ਚ ਕਿ ਜਿਹੜੀਆਂ ਨਵਾਂ ਹੁੰਦੀਆਂ ਨੇ
ਉਹ ਜਣਿਆਂ ਨੂੰ ਕੰਨ ਭਰਦੀਆਂ ਨੇ ਉਹਨਾਂ ਦੇ ਕਿ ਮਾਂ ਦੇ ਤਰਫ ਜ਼ਿਆਦਾ ਘੱਟ ਲਗਾਓ ਰੱਖੋ ਅਤੇ ਸਾਡੀ ਜ਼ਿਆਦਾ ਮੰਨੋ। ਕਿਆ ਇਹ ਹਕੀਕਤ ਹੈ? ਔਰ ਤੁਸੀਂ ਵੀ ਕਦੇ ਸਾਡੇ ਅੱਬੇ ਨੂੰ ਗੱਲ ਨਹੀਂ ਲਾਇਆ ਸੀ ਕਿ ਆਪਣੇ ਮਾਂ? ਲੇਕਿਨ ਮੇਰੇ ਕੋਲ ਕੋਈ ਹਕੀਕਤ ਨਹੀਂ, ਮੇਰੀ ਨੂੰ ਕੋਈ ਬਿਲਕੁਲ ਮੇਰਾ ਗਿਲਾ ਨਹੀਂ ਕਰਦੀ, ਕੋਈ ਅਸਦ ਨਹੀਂ ਕਰਦੀ, ਨਾ ਮੈਂ ਕਦੇ ਉਹਨਾਂ ਦਾ ਕੀਤਾ। ਮੈਂ ਖੁਸ਼ ਹਾਂ ਉਹਨਾਂ ਦੀ ਖੁਸ਼ੀ 'ਚ, ਮੈਂ ਖੁਸ਼, ਮੈਂ ਤਾਂ ਸ਼ੁਕਰ ਕੀਤਾ ਅੱਲਾ ਦੀ ਜ਼ਾਤ ਉਹਨਾਂ ਨੂੰ ਆਪਣੇ ਆਪਣੇ ਘਰਾਂ 'ਚ ਖੁਸ਼ ਰੱਖੇ। ਮੇਰਾ ਅੱਬਾ, ਤੁਹਾਡੇ ਹਸਬੈਂਡ, ਉਹ ਆਪਣੀ ਮਾਂ ਨਾਲ ਕੈਸਾ ਵਰਤਾਓ ਕਰਦਾ? ਬਹੁਤ ਪਿਆਰ ਕਰਦਾ ਸੀ ਆਪਣੀ ਮਾਂ ਨਾਲ। ਤੇਰਾ ਅੱਬਾ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਮਾਂ ਵੀ ਬੜੀ ਖੁਸ਼ ਸੀ ਉਹਦੇ 'ਤੇ, ਸਾਰੇ ਬੱਚਿਆਂ 'ਤੇ ਖੁਸ਼ ਸੀ ਲੇਕਿਨ ਉਹਦੇ 'ਤੇ ਬਹੁਤੀ ਖੁਸ਼ ਸੀ। ਕਦੇ ਤੁਸੀਂ ਵੇਖਿਆ ਹੋਵੇ ਕਿ ਵੀ ਅੱਬੇ ਦੀ ਬੇਬੇ ਨਾਲ ਲੜਾਈ ਹੋਵੇ ਜਾਂ ਬੇਬੇ ਨੂੰ ਅੱਬੇ 'ਤੇ ਗੁੱਸਾ ਚੜਿਆ ਹੋਵੇ? ਨਹੀਂ, ਉਸ ਵੇਲੇ ਗੁੱਸਾ ਚੜਿਆ ਸੀ ਜਦੋਂ ਤੇਰੇ ਅੱਬਾ ਬਿਮਾਰ ਸੀ ਨਾ, ਬਿਮਾਰੀ ਦੀ ਹਾਲਤ ਵਿੱਚ ਉਹਦੀ ਮਾਂ ਨੂੰ ਉਹਦੇ 'ਤੇ ਗੁੱਸਾ ਹੁੰਦਾ ਸੀ, ਜਿਸ ਗੱਲ ਨਹੀਂ ਸੀ ਮੰਨਦਾ, ਉਂਝ ਨਹੀਂ ਸੀ ਗੁੱਸਾ ਹੁੰਦਾ। ਮੋਰ, ਕੈਨ ਯੂ ਪਲੀਜ਼ ਸਟਾਪ ਫੋਰ 1 ਮਿੰਟ ਐਂਡ ਟੈਲ ਮੀ? ਨੋ ਨੋ, ਲਿਸਨ ਲਿਸਨ, ਟੁਡੇ ਅਲਾ ਮੈਂ ਟੋਰ ਚੱਲੀ ਹੂੰ ਫਿਰ ਉੱਧਰ। ਪੁੱਤਰ ਬੜੂ ਕੋ ਮਾਰਤੇ ਨਹੀਂ ਹੈ, ਬੜੂ ਕੀ ਰਿਸਪੈਕਟ ਕਰਤੇ। ਮੈਂ ਇਹਦਾ ਬੋਲਣਾ ਹੀ ਕੋਈ, ਮੈਂ ਇਹਦੀ ਦਾਦੋ ਹੀ ਨਹੀਂ, ਠੀਕ ਹੈ, ਮੈਂ ਨਹੀਂ ਤੇਰੀ ਦਾਦੋ ਬਣਨਾ। ਅੱਛਾ ਅੱਛਾ, ਤੈਮੂਰ ਮੁਝੇ ਯੇ ਸੇ ਹੈਪੀ ਮਦਰ ਡੇਜ਼ ਟੂ ਗ੍ਰੈਂਡ ਮਾ ਐਂਡ ਦੈਨ ਆਈ ਵਿਲ ਬਾਈ ਅ ਲੋਲੀਪੌਪ ਫਾਰ ਯੂ। ਤੈਮੂਰ, ਇਜ਼ ਸ਼ੀ ਯੋਰ ਮਦਰ ਆਰ ਯੋਰ ਗ੍ਰੈਂਡ ਮਾ? ਹੀ ਇਜ਼ ਮਾਈ ਦਾਦੋ। ਡੂ ਯੂ ਲਵ ਯੋਰ ਦਾਦੋ? ਯਾ, ਬਿਕਾਜ਼ ਆਈ ਲਵ ਮਾਈ ਗ੍ਰੈਂਡਮਾ। ਵਾਈ ਡੂ ਯੂ ਲਵ ਯੋਰ ਗ੍ਰੈਂਡਮਾ? ਬਿਕਾਜ਼ ਆਈ ਲਾਈਕ ਮਾਈ ਪੇਰੈਂਟਸ। ਵਾਟ ਆਰ ਯੂ ਡੂਇੰਗ? ਓਏ ਨਾ ਘੁਲੋ, ਕੀ ਕਰਦੇ ਹੋ? ਇੰਟਰਵਿਊ ਤੇ ਕਰ ਲੈਣ ਦਿਓ। ਚਲ ਬਸ ਬੇਟਾ ਬਸ। ਆਉਂਦੇ ਨੇ ਮਾਵਾਂ ਠੰਡੀਆਂ ਛਾਵਾਂ, ਯੂਕੇ 'ਚ ਜ਼ਰਾ ਠੰਡ ਹੁੰਦੀ ਹੈ, ਇੱਥੇ ਤਾਂ ਗਰਮ ਛਾਵਾਂ ਗਰਮ ਹਵਾਵਾਂ ਚਾਹੀਦੀਆਂ ਨੇ। ਇਸ ਬਾਰੇ 'ਚ ਕੀ ਤਾਸਰਾਤ ਨੇ ਤੁਹਾਡੇ? ਇਸ ਬਾਰੇ 'ਚ ਕੀ ਤਾਸਰਾਤ ਨੇ, ਤਾਂ ਠੰਡ ਚੱਲੀ ਪੱਲੀ ਅਤੇ ਕੱਲ੍ਹ ਪਰਸੋਂ ਦੀ ਗਰਮੀ ਹੈ, ਤੇ ਗਰਮ ਅਤੇ ਹਵਾਵਾਂ। ਇਹ ਮੇਰੀ ਮਾਂ ਦੇ ਤਾਂ ਗਰਮ ਹਵਾ ਹੀ ਹਮੇਸ਼ਾ ਹਰ ਵੇਲੇ ਕਲਾਸ 'ਚ ਲੈਂਦੀ ਰਹਿੰਦੀ। ਇਹ ਤਾਂ ਕੰਮ ਹੈ ਫਿਰ, ਨਹੀਂ ਇਹ ਖੁੱਲ੍ਹਾ ਤਜ਼ਾਦ ਨਹੀਂ ਮਾਮਾ। ਫਿਰ ਇਨਸਾਨ ਜੀ ਹੋਇਆ ਅਤੇ ਇਨਸਾਨ ਨੂੰ ਗੁੱਸਾ ਵੀ ਆ ਜਾਂਦਾ ਕਿਸੇ ਵੇਲੇ, ਅਤੇ ਹਰ ਵਕਤ ਬੰਦਾ ਖੁਸ਼ ਰਹੇ ਤਾਂ ਫਿਰ ਨਜ਼ਰ ਲੱਗ ਜਾਂਦੀ। ਇਸ ਵਜ੍ਹਾ ਤੂੰ ਮਾਮਾ ਬਿਲਕੁਲ ਬਿਲਕੁਲ, ਮਾਵਾਂ ਨਾਰਾਜ਼ ਨਹੀਂ ਹੁੰਦੀਆਂ ਲੇਕਿਨ ਮਹਿਸੂਸ ਇੰਝ ਹੀ ਹੁੰਦਾ ਕਿ ਮਾਮਾ ਨਾਰਾਜ਼ ਨੇ, ਮਾਂ ਨਾਰਾਜ਼ ਨਹੀਂ ਹੁੰਦੀ। ਮਾਮਾ ਆਉਂਦੇ ਨੇ ਕਿ ਮਾਂ ਦੇ ਪੈਰਾਂ ਦੇ ਥੱਲੇ ਜੰਨਤ ਹੁੰਦੀ ਹੈ, ਮੈਨੂੰ ਤਾਂ ਕਦੇ ਨਜ਼ਰ ਨਹੀਂ ਆਈ। ਤੁਹਾਨੂੰ ਆਪਣੀ ਬੇਬੇ ਦੇ ਪੈਰਾਂ ਦੇ ਥੱਲੇ ਕਦੇ ਆਈ ਸੀ ਜੰਨਤ ਨਜ਼ਰ? ਠੰਡ ਪੈਂਦੀ ਸੀ ਮਾਂ ਨਾਲ ਗੱਲ ਕਰਕੇ ਜੰਨਤ, ਅਤੇ ਫਿਰ ਅੱਲਾ ਤਾਲੇ ਜਾਣ ਦਾ ਫਿਰ ਲਾਲ ਤਾਂ ਜੁੱਤੀਆਂ ਹੀ ਹੁੰਦੀਆਂ ਨੇ ਮਾਵਾਂ ਦੀਆਂ ਪੈਰਾਂ ਵਿੱਚ, ਅਤੇ ਮਾਂ ਜਿਸ ਦਿਨ ਦੀ ਟੁਰ ਗਈ ਹੈ ਦੁਆ ਕੋਈ ਨਹੀਂ ਰਹੀ। ਅੰਮੀ, ਅੱਜ ਵੀ ਮੈਨੂੰ ਯਾਦ ਹੈ ਕਿ ਸਕੂਲੇ ਜਦੋਂ ਮੈਂ ਪਹਿਲੇ ਦਿਨ ਗਿਆ ਸੀ ਨਾ, ਮੇਰੀ ਮਾਂ ਮੈਨੂੰ ਸਕੂਲੇ ਦਾਖਲ ਕਰਾ ਕੇ ਆਈ ਸੀ, ਮਸੀਤੀ ਪਹਿਲੇ ਦਿਨ ਗਿਆ ਸੀ ਅਤੇ ਮਾਂ ਲੈ ਕੇ ਗਈ ਸੀ। ਅਗਰ ਸਕੂਲੇ ਜਾਂ ਮਸੀਤੀ ਜਾਣਾ ਹੁੰਦਾ ਸੀ ਬਾਅਦ ਦੇ ਵਿੱਚ, ਅਤੇ ਸੁਬਹਾ ਸੁਬਹਾ ਖਿੱਚ ਥਰੂ ਕਰਕੇ ਅਗਰ ਕੋਈ ਜਗਾਉਂਦਾ ਸੀ ਤਾਂ ਉਹ ਮੇਰੀ ਮਾਂ ਸੀ। ਅੱਬੇ ਨੇ ਕਦੇ ਨਹੀਂ ਕੀਤਾ ਕਿਉਂਕਿ ਅੱਬੇ ਦੇ ਕੋਲ ਤਾਂ ਟਾਈਮ ਹੀ ਕੋਈ ਨਹੀਂ ਆਪਣੇ ਕਾਰੋਬਾਰ 'ਚ ਵੀ। ਮਾਂ ਤਾਂ ਫਰਜ਼ ਸੀ ਨਾ, ਮਾਂ ਤਾਂ ਫਰਜ਼ ਸੀ ਨਾ, ਅੱਬਾ ਤਾਂ ਵਿਚਾਰਾ ਅੱਗੇ ਪਿੱਛੇ ਆਪਣੀ ਕਮਾਈ ਦੇ ਮਗਰ ਸੀ ਨਾ, ਅਤੇ ਮਾਵਾਂ ਘਰ ਹੁੰਦੀਆਂ ਨੇ, ਮਾਵਾਂ ਬੱਚਿਆਂ ਨੂੰ ਟੋਰਦੀਆਂ ਨੇ ਅਤੇ ਮਾਵਾਂ ਬੱਚਿਆਂ ਨੂੰ ਪੜ੍ਹਾਉਂਦੀਆਂ ਨੇ, ਅਤੇ ਮਾਵਾਂ ਹੀ ਔਲਾਦ ਦਾ ਮਾਵਾਂ ਹੀ ਕਰਦੀਆਂ ਨੇ ਜ਼ਿਆਦਾ, ਅਤੇ ਮਾਵਾਂ ਨਾ ਕਰਨ ਅਤੇ ਬੱਚੇ ਮਾਵਾਂ ਵੀ ਸੁੱਤੀਆਂ ਰਹਿਣ ਅਤੇ ਬੱਚੇ ਵੀ ਸੁੱਤੇ ਰਹਿਣ, ਫਿਰ ਉਹ ਕੰਮ ਨਹੀਂ ਹੁੰਦਾ। ਜਿਹੜੇ 2-4 ਲਫ਼ਜ਼ ਮੈਂ ਪੜ੍ਹੇ ਨੇ ਨਾ ਮਾਮਾ ਜ਼ਿੰਦਗੀ 'ਚ, ਉਹਦਾ ਅਗਰ ਕੋਈ ਕ੍ਰੈਡਿਟ ਜਾਂਦਾ ਨਾ ਤਾਂ ਉਹ ਮੇਰੀ ਮਾਂ ਨੂੰ ਜਾਂਦਾ।
ਤੁਸੀਂ ਇਹ ਦੱਸੋ ਕਿਹੜੀ ਜਮਾਤ ਤੱਕ ਪੜ੍ਹੇ ਹੋ, ਉਹਦੇ ਵਿੱਚ ਕ੍ਰੈਡਿਟ ਜਾਂ ਡੈਬਿਟ ਮਾਂ ਦਾ ਜਾਂ ਆਬੇ ਦਾ? ਮੈਂ ਪ੍ਰਾਇਮਰੀ ਤੱਕ ਪੜ੍ਹੀ ਹਾਂ, ਉਹਦੇ 'ਚ ਕ੍ਰੈਡਿਟ ਮੇਰੀ ਮਾਂ ਦਾ ਅਤੇ ਮੇਰੇ ਭਰਾ ਦਾ, ਮੇਰੇ ਭਾਈ ਦਾ ਜਿਹੜਾ ਫੋਤ ਹੋ ਗਿਆ, ਇਹਨਾਂ ਮਾਂ ਪੁੱਤਰ ਦਾ। ਇਹਨਾਂ ਮੈਨੂੰ ਉਹ ਪੰਜ ਜਮਾਤਾਂ ਜਿਹੜੀਆਂ ਨੇ ਮੇਰੀ ਮਾਂ ਅਤੇ ਮੇਰੇ ਭਰਾ ਨੇ ਪੜ੍ਹਾਈਆਂ। ਮੇਰਾ ਭਾਈ ਘੋੜੀ ਤੋਂ ਬਾਲ ਕੇ ਮੈਨੂੰ ਜਾ ਕੇ ਛੱਡ ਕੇ ਸਕੂਲ ਆਉਂਦਾ ਹੁੰਦਾ ਸੀ, ਜਦੋਂ ਮੈਨੂੰ ਦਾਖਲ ਕਰਾਇਆ ਸਾਨੇ, ਅਤੇ ਘੋੜੀ 'ਤੇ ਬਿਠਾ ਕੇ ਹਾਜੀ ਸ਼ਰੀਫ ਮੈਨੂੰ ਸਕੂਲ ਛੱਡ ਕੇ ਆਉਂਦਾ ਹੁੰਦਾ ਸੀ, ਅਤੇ ਲੈ ਕੇ ਵੀ ਆਉਣਾ ਅਤੇ ਛੱਡ ਕੇ ਵੀ ਆਉਣਾ। ਮਾਮਾ, ਰਿਸ਼ਤੇ ਐਸੇ ਹੁੰਦੇ ਨੇ, ਦਿਮਾਗ ਦੇ ਵਿੱਚ ਫਿਲਮ ਬਣ ਜਾਂਦੀ ਹੈ, ਜਿਹਨਾਂ 'ਚ ਜ਼ਿੰਦਗੀ ਹੁੰਦੀ ਉਹ ਫਿਲਮ ਹੈ ਨਾ ਜਿਹੜੀ, ਉਹ ਮੈਮਰੀ ਡਿਲੀਟ ਨਹੀਂ ਹੁੰਦੀ, ਖਤਮ ਨਹੀਂ ਹੁੰਦੀ ਕਦੇ। ਮਾਂ ਦੇ ਨਾਲ ਜਿਹੜੇ ਤੁਹਾਡੇ ਲਮਹੇ ਬੀਤੇ ਨੇ, ਉਹਨਾਂ ਦੀ ਕੋਈ ਸੁਹਾਨੀ ਯਾਦ ਸੁਣਾਓ। ਔਰ ਦੂਸਰਾ, ਜਦੋਂ ਤੁਹਾਨੂੰ ਇਹ ਪਤਾ ਲੱਗਾ ਸੀ ਤੁਹਾਡੀ ਮਾਂ ਫੋਤ ਹੋ ਗਈ ਹੈ, ਤੁਸੀਂ ਕਿੱਥੇ ਸੋ ਔਰ ਤੁਹਾਡੇ ਕੀ ਖਿਆਲਾਤ ਸਨ, ਕੀ ਤਾਸਰਾ ਸਨ? ਮੈਂ ਆਪਣੇ ਘਰ ਸਾਂ, ਸਸੁਰਾਲੀਆਂ ਦੇ ਘਰ ਸਾਂ, ਅਤੇ ਮੇਰੀ ਮਾਂ ਫੋਤ ਹੋ ਗਈ। ਅਸਾਂ ਸੁਣਿਆ, ਜਿਸੇ ਮੈਂ ਸੁਣਿਆ ਵੀ ਮੇਰੀ ਮਾਂ ਫੋਤ ਹੋ ਗਈ ਹੈ। ਮੈਂ ਸਾਗ ਲੈਣ ਗਈ ਸਾਂ ਗੰਦਲਾਂ ਦਾ, ਮੈਂ ਅਤੇ ਮੇਰੀ ਭੈਣ, ਅਸੀਂ ਦੋਵੇਂ ਭੈਣਾਂ ਸਾਗ ਲੈਣ ਗਈਆਂ ਸਾਂ। ਮੈਂ ਅਤੇ ਮੇਰੀ ਭੈਣ ਇੱਕ ਘਰ ਸਾਡੀ ਸ਼ਾਦੀ ਹੋਈ, ਸਾਗ ਲੈ ਕੇ ਆਈਆਂ, ਸਾਗ ਸਾਨੂੰ ਨਹੀਂ ਪਤਾ ਕਿੱਧਰ ਅਸਾਂ ਸੱਟਿਆ ਅਤੇ ਕਿੱਥੇ ਨਹੀਂ, ਅਸੀਂ ਟੁਰ ਗਈਆਂ। ਉਸ ਵੇਲੇ ਗੱਡੀ ਕਰਾਈ ਅਤੇ ਹੋਰ ਵੀ 8-10 ਬੰਦੇ ਨਾਲ, ਜੈਸੇ ਅਸੀਂ ਉੱਥੇ ਪਹੁੰਚੇ ਅਤੇ ਅਜੇ ਮੇਰੀ ਮਾਂ ਜ਼ਿੰਦਾ। ਉਸ ਬੱਚੇ ਨੇ ਆ ਕੇ ਝੂਠ ਬੋਲਿਆ ਕਿ ਮਾਂ ਤੁਹਾਡੀ ਖਤਮ ਹੋ ਗਈ, ਉਂਝ ਗੱਲ ਸ਼ੱਲ ਕੋਈ ਨਹੀਂ ਸੀ ਕੀਤੀ ਮਾਂ ਨੇ, ਅਤੇ ਬਿਮਾਰ ਹੀ ਸੀ। ਅਤੇ ਫੋਤ ਅੱਗੋਂ ਫਿਰ ਰਾਤ ਨੂੰ ਆਈ, ਅਸੀਂ ਜ਼ਿੰਦਾ ਤੇ ਟੁਰ ਗਏ ਸਾਂ। ਅਤੇ ਤਾਸਰਾ ਤਾਂ ਫਿਰ ਘਰੋਂ ਰੋਣ ਲੱਗੇ ਅਤੇ ਉੱਥੋਂ ਤੱਕ ਰੋਂਦੇ ਹੀ ਰਹੇ। ਉਹ ਜਿਸੇ ਜਾ ਕੇ ਵੇਖਿਆ ਵੀ ਮਾਂ ਜ਼ਿੰਦਾ, ਅਤੇ ਫਿਰ ਜਾ ਕੇ ਚੁੱਪ ਕਰਕੇ ਬਹਿ ਗਏ। ਜਣਿਆਂ ਜਨਾਨੀਆਂ 'ਚ ਲੜਾਈ ਹੁੰਦੀ ਹੈ, ਜ਼ਿੰਦਗੀ ਇੱਕ ਸਾਥ ਹੀ ਐਸਾ ਹੁੰਦਾ। ਜਦੋਂ ਤੁਹਾਡੀ ਲੜਾਈ ਹੁੰਦੀ ਸੀ ਮੇਰੇ ਅੱਬੇ ਨਾਲ, ਅਤੇ ਉਹਦੀ ਸ਼ਿਕਾਇਤ ਅੱਬੇ ਦੀ ਅੰਮਾ ਨੂੰ ਲਾਉਂਦੇ ਸੋ ਜਾਂ ਆਪਣੀ ਅੰਮਾ ਨੂੰ, ਮਤਲਬ ਆਪਣੀ ਸੱਸ ਨੂੰ ਜਾਂ ਆਪਣੀ ਮਾਂ ਨੂੰ? ਉਹ ਜਿਹੜੀ ਤੇਰੇ ਅੱਬੇ ਦੀ ਸ਼ਿਕਾਇਤ ਸੀ ਨਾ, ਉਹ ਉੱਥੇ ਹੀ ਮੁੱਕ ਜਾਂਦੀ ਸੀ ਘਰ 'ਚ ਸਾਡੇ 'ਚ। ਉਹਦੀ ਮਾਂ ਨੂੰ ਸ਼ਿਕਾਇਤ ਲਾਉਂਦੀ ਸਾਂ, ਉਹ ਉਸੇ ਵੇਲੇ ਆ ਕੇ ਅਤੇ ਸਾਨੂੰ ਰੱਜ ਕਰ ਛੱਡਦੀ ਸੀ। ਇੰਨੀ ਕੁ ਗੱਲ ਪਿੱਛੇ ਨਹੀਂ ਸੀ ਗੱਲ ਪਹੁੰਚਦੀ, ਪਿਛਲਿਆਂ ਨੇ ਆਖਿਆ ਸੀ ਵੀ ਸਾਡੇ ਤੱਕ ਗੱਲ ਨਹੀਂ ਲਿਆਉਣੀ, ਅਸੀਂ ਪਿੱਛੇ ਨਹੀਂ ਸੀ ਕਦੇ ਗੱਲ ਟੋਲੀ। ਅੱਛਾ, ਮਾਵਾਂ ਜਿਹੜੇ ਵੇਲੇ ਧੀਆਂ ਨੂੰ ਵਿਆਹ ਕੇ ਆਪਣੇ ਘਰਾਂ 'ਚ ਭੇਜ ਦਿੰਦੀਆਂ ਨੇ, ਅਤੇ ਪਿੱਛੋਂ ਕੋਈ ਨਾ ਕੋਈ ਸੁਗਾਤ, ਈਦ ਜਾਂ ਵਰੇ ਦਿਨ ਮਿਲਣ ਆਉਂਦੀਆਂ ਨੇ ਜਾਂ ਕੋਈ ਚੀਜ਼ ਲੈ ਕੇ ਆਉਂਦੀਆਂ ਨੇ, ਤੁਹਾਡੀ ਮਾਂ ਕਿੰਨਿਆਂ ਦਿਨਾਂ ਬਾਅਦ ਆਉਂਦੀ ਸੀ ਔਰ ਕੀ ਚੀਜ਼ ਲੈ ਕੇ ਆਉਂਦੀ ਸੀ? ਮੇਰੀ ਮਾਂ ਦਾ ਮੈਨੂੰ ਇੰਨਾ ਪਤਾ, ਇੱਕ ਈਦ ਮੈਨੂੰ ਮਾਂ ਦੇ ਕੇ ਗਈ ਸੀ, ਅਸੀਂ ਤਿੰਨੇ ਭੈਣਾਂ ਸਾਂ ਇੱਕ ਜਗ੍ਹਾ 'ਤੇ, ਅਤੇ ਤਰਵਾਂ ਭੈਣਾਂ ਨੂੰ ਈਦ ਦੇ ਕੇ ਗਈ ਸੀ, ਸੇਵੀਆਂ ਚੀਨੀ ਅਤੇ ਇਹ ਜਿਹੜਾ ਪੈਕਟ ਆਇਲ ਦਾ ਇਹ ਸਾਨੂੰ। ਅਤੇ ਉਲਟਾ ਮੈਂ ਮਜ਼ਾਕ ਉਡਾਇਆ ਵੀ ਇੱਥੇ ਕੋਈ ਨਹੀਂ ਚੀਨੀ ਲੱਭਦੀ, ਅੰਮਾ ਤੂੰ ਉੱਥੋਂ ਚੁੱਕ ਕੇ ਲਿਆਈ। ਉਦੋਂ ਇੰਨਾ ਪਤਾ ਨਹੀਂ ਸੀ ਹੁੰਦਾ, ਨਦਾਨ ਉਮਰ। ਅਤੇ ਸਾਡੀ ਮਾਂ ਨੇ ਆਖਿਆ ਨਹੀਂ ਕੋਈ ਨਹੀਂ, ਮੇਰੇ ਦਿਲ ਵਿੱਚ ਗੱਲ ਸੀ ਅਤੇ ਮੈਂ ਤੁਹਾਨੂੰ ਦੇਣ ਆ ਗਈ ਹਾਂ। ਅਤੇ ਬੇਬੇ ਜਦੋਂ ਇਹ ਚੀਜ਼ਾਂ ਲੈ ਕੇ ਆਈ ਸੀ, ਇਕੱਲੀ ਆਈ ਸੀ ਜਾਂ ਕੋਈ ਨਾਲ ਆਇਆ ਸੀ, ਔਰ ਬੇਬੇ ਕਿਹਦੇ 'ਤੇ ਆਈ? ਆਈ ਸੀ ਅਤੇ ਗੱਡੀ 'ਤੇ ਆਈ ਸੀ। ਕਿੰਨੇ ਦਿਨ ਲਈ ਸੀ? 3-4 ਦਿਨ। ਫਿਰ ਵਾਪਸ ਜਦੋਂ ਬੇਬੇ ਗਈ ਸੀ, ਤੁਸੀਂ ਗੱਡੀ 'ਤੇ ਬਹਾ ਕੇ ਆਏ ਸੋ ਜਾਂ ਘਰ? ਅਸੀਂ ਗੱਡੀ 'ਤੇ ਤਰੇਵੇਂ ਭੈਣਾਂ ਬਿਠਾ ਕੇ ਆਈਆਂ ਸਨ।
ਮਾਮਾ ਜਿਵੇਂ ਤੁਹਾਡੀ ਸ਼ਾਦੀ ਹੋਈ ਤਾਂ ਤੁਹਾਡੀ ਬੇਬੇ ਨੇ ਅੰਮਾ ਨੇ ਤੁਹਾਨੂੰ ਕੀ ਨਸੀਹਤ ਕੀਤੀ, ਔਰ ਜਿਵੇਂ ਤੁਸੀਂ ਆਪਣੀਆਂ ਕੁੜੀਆਂ ਦਾ ਵਿਆਹ ਕੀਤਾ ਤਾਂ ਉਹਨਾਂ ਨੂੰ ਤੁਸੀਂ ਕੀ ਨਸੀਹਤ ਕੀਤੀ? ਇਹ ਮੈਂ ਤਾਂ ਇਹੀ ਨਸੀਹਤ ਕੀਤੀ ਹੈ ਵੀ ਧੀਏ ਉੱਥੇ ਹੀ ਰਹਿਣਾ, ਜਿਸ ਤਰ੍ਹਾਂ ਵੀ ਗੁਜ਼ਾਰਾ ਹੋਣਾ ਆਪਣੇ ਘਰ ਕਰਨਾ ਜੇ ਗੁਜ਼ਾਰ, ਰੁੱਸ ਕੇ ਮੇਰੇ ਘਰ ਨਹੀਂ ਆਉਣਾ, ਤੁਸੀਂ ਰਾਜ਼ੀ ਤੁਸੀਂ 100 ਵਾਰੀ ਆਵੋ। ਅਤੇ ਤੁਹਾਡੀ ਅੰਮਾ ਨੇ ਕੀ? ਸਾਡੀ ਮਾਂ ਨੇ ਵੀ ਸਾਨੂੰ ਇਹੀ ਨਸੀਹਤ ਕੀਤੀ ਸੀ ਵੀ ਰੁੱਸ ਕੇ ਇਸ ਪਾਸੇ ਨਹੀਂ ਆਉਣਾ, ਮਾਂ ਨਾਲੋਂ ਜ਼ਿਆਦਾ ਮੇਰੇ ਭਰਾ ਨੇ ਨਸੀਹਤ ਕੀਤੀ ਸੀ ਬਈ ਰੁੱਸ ਕੇ ਨਹੀਂ ਆਉਣਾ, ਅਤੇ ਜਿਸ ਵਿੱਚ ਜੇ ਤੁਹਾਡੇ ਨਾਲ ਚੰਗੀ ਮਾੜੀ ਹੋਵੇ ਤਾਂ ਮੈਨੂੰ ਫੋਨ ਕਰਨਾ ਅਤੇ ਮੈਂ ਤੁਹਾਡੇ ਕੋਲ ਪਹੁੰਚਾਉਂਦਾ। ਇਹ ਕਿ ਬਾਲੀਵੁੱਡ ਇੰਡੀਆ ਮੂਵੀਆਂ ਦੇ ਵਿੱਚੋਂ ਸਿੱਖਿਆ ਸੀ ਬਈ ਉਹ, ਕਿਉਂਕਿ ਇੰਡੀਅਨ ਕਹਿੰਦੇ ਨੇ ਕਿ ਹੁਣ ਤੁਹਾਡੀ ਸਹੁਰਿਓਂ ਅਰਥੀ ਉੱਠੇ ਉਂਝ ਨਹੀਂ। ਮਾਪੇ ਇਹੀ ਗੱਲ ਆਖਦੇ ਨੇ, ਮਾਪੇ ਜਿਹੜੇ ਹੁੰਦੇ ਨੇ ਨਾ ਇਹ ਗੱਲ ਆਖਦੇ ਨੇ ਵੀ ਉੱਥੇ ਹੀ ਮਰਨਾ ਜੇ ਅਤੇ ਉੱਥੇ ਹੀ ਜਿਉਣਾ ਜੇ, ਇੱਧਰ ਰੁੱਸ ਕੇ ਨਹੀਂ ਆਉਣਾ ਉਂਝ ਭਾਵੇਂ 100 ਵਾਰੀ ਆ। ਅੱਛਾ ਅਮੀ, ਤੁਸੀਂ ਆਪਣੇ ਜਿਹੜੇ ਵੇਖਣ ਵਾਲੇ ਨੇ ਜਿਨ੍ਹਾਂ ਦੇ ਜਿਹੜੇ ਬੱਚੇ ਆਪਣੀਆਂ ਮਾਵਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਉਹਨਾਂ ਨੂੰ ਇਹ ਪੈਗਾਮ ਦਿਆਂਦੇ ਵੀ ਆਪਣੀਆਂ ਆਪਣੀ ਵਾਲਦਿਆਂ ਦੀ ਕਦਰ ਕਰੋ, ਸਾਡੇ ਨਹੀਂ ਨਾ ਰਹੇ ਅਸਾਂ ਵੀ ਨਹੀਂ ਰਹਿਣਾ, ਜਿਕਣ ਸਾਡੇ ਮਾਪੇ ਨਹੀਂ ਨਾ ਰਹੇ ਇਸੇ ਤਰ੍ਹਾਂ ਅਸਾਂ ਵੀ ਨਹੀਂ ਪੁੱਤਰ ਤੁਹਾਡੇ ਕੋਲ ਰਹਿਣਾ, ਕਦੇ ਤੁਹਾਨੂੰ ਵੀ ਸਾਡੀ ਯਾਦ ਆਉਣੀ ਜਿਕਣ ਸਾਨੂੰ ਆਪਣਿਆਂ ਮਾਪਿਆਂ ਦੀ ਯਾਦ ਆਉਂਦੀ, ਜਿਸੇ ਯਾਦ ਆਉਂਦੀ ਉਸ ਵੇਲੇ ਅੰਦਰ ਵੜ ਕੇ ਰੋ ਵੀ ਲਈਦਾ, ਅਤੇ ਮਾਪੇ ਫਿਰ ਜਾਣਾ ਹੀ ਜਾਣਾ ਸੀ ਵੀ ਇੱਕ ਦਿਨ, ਇਹ ਤਾਂ ਰਜ਼ਾ ਰੱਬ ਦੀ ਹੈ ਨਾ, ਇੱਥੇ ਬਹਿ ਤਾਂ ਨਹੀਂ ਰਹਿਣਾ ਕਿਸੇ, ਅਤੇ ਇਸ ਵਾਸਤੇ ਜਿਹੜਾ ਵਕਤ ਹੈ ਥੋੜ੍ਹਾ ਜਿਹਾ ਉਹਦੀ ਕਦਰ ਕਰੋ, ਬਸ ਇੰਨਾ ਹੀ ਕਰ। ਚਲੋ ਜੀ, ਬਹੁਤ ਸ਼ੁਕਰੀਆ ਦੋਸਤੋ ਵੀਡੀਓ ਵੇਖਣ ਵਾਸਤੇ, ਔਰ ਅਮੀ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਕੱਢਿਆ ਇਹਨਾਂ ਪੰਜਾਬੀਆਂ ਦੀ ਡੇਰੇਦਾਰੀ ਵਾਸਤੇ, ਹਾਲਾਂਕਿ ਭਾਰਾਂ ਤੋਲਾਂ 'ਤੇ ਵਾਹ ਵਾਹ ਪੇਸ ਹੋ ਕਿ ਨਹੀਂ ਮੇਰੇ ਕੋਲ ਨਹੀਂ ਵੀਡੀਓ ਬਣਦੀ। ਤੇਰਾ ਵੀ ਪੁੱਤਰ ਸ਼ੁਕਰੀਆ ਜਿਹਨੇ ਇੰਨੀਆਂ ਗੱਲਾਂ ਮੇਰੇ ਕੋਲ ਕਰਵਾ ਲਈਆਂ ਨੇ, ਹਾਲਾਂ ਮੇਰਾ ਦਿਲ ਨਹੀਂ ਕਰਦਾ ਕਰਨੇ 'ਤੇ, ਅਤੇ ਕਰਵਾ ਲਈਆਂ ਨਹੀਂ ਗੱਲਾਂ ਜਿਹੜੀਆਂ, ਅਤੇ ਇਹ ਵੀ ਪਤਾ ਨਹੀਂ ਝੱਟਦਾ ਪਤਾ ਨਹੀਂ, ਕਦੇ ਕੋਈ ਵਕਤ ਆਵੇਗਾ ਤਾਂ ਸੁਣ ਪਏ ਸੁਣਿਓ। ਅੱਲਾਹ ਤਾਲਾ ਤੁਹਾਨੂੰ ਲੰਬੀ ਜ਼ਿੰਦਗੀ ਦੇ, ਸਿਹਤ ਤੰਦਰੁਸਤੀ ਦੇ, ਔਰ ਤੁਹਾਡੇ ਵਾਲਦਿਆਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਦੇ, ਔਰ ਅਮੀ ਜਿੰਨੇ ਜੀ ਵੇਖਣ ਵਾਲੇ ਨੇ ਉਹ ਵੀ ਸਾਰੇ ਆਪਣੀਆਂ ਮਾਵਾਂ ਦੀ ਜ਼ਿਆਦਾ ਤੋਂ ਜ਼ਿਆਦਾ ਕੇਅਰ ਕਰਨ, ਪਿਆਰ ਕਰਨ, ਔਰ ਪੈਸੇ ਅਤੇ ਉਹਨਾਂ ਨੂੰ ਜਾਇਦਾਦਾਂ ਜਾਂ ਜ਼ਮੀਨਾਂ ਜਾਂ ਦੌਲਤ ਦੇ ਨਾਲ ਨਾਲ ਟਾਈਮ ਵੀ ਆਪਣਾ ਦੇਣ। ਅੱਜ ਦੇ ਇੰਟਰਵਿਊ ਜਿਹੜਾ ਸਭ ਤੋਂ ਵੱਡਾ ਲਾਂਬਾ ਮੇਰੀ ਜਿਹੜੀ ਲੜਾਈ ਅਮੀ ਤੁਸੀਂ ਕਰਾ ਦਿੱਤੀ ਹੈ। ਹਾਂ, ਅਤੇ ਲੜਾਈ ਤਾਂ ਕਰਾਉਣੀ ਤੇਰੀ ਨਹੀਂ, ਤੁਹਾਡੀ ਦੋਵਾਂ ਜੀਆਂ ਦੀ, ਇੱਕ ਦੀ ਨਹੀਂ ਦੋਵਾਂ ਜੀਆਂ ਦੀ, ਕਿਉਂਕਿ ਐਡੀ ਦੂਰ ਤੁਸੀਂ ਮੈਨੂੰ ਮੰਗਵਾ ਕੇ ਸਾਰਾ ਦਿਨ ਮੈਂ ਘਰ ਬਹਿ ਰਹਿੰਦੀ ਹਾਂ, ਜੇ ਇਹ ਮੇਰਾ ਪੋਤਰਾ ਵੀ ਨਾ ਮੇਰੇ ਕੋਲ ਹੋਵੇ ਤਾਂ ਮੈਂ ਕੀ ਕਰਾਂ, ਮੈਂ ਤਾਂ ਅੰਦਰ ਹੀ ਮਰ ਜਾਂ ਪਿਛਲਿਆਂ ਨੂੰ ਯਾਦ ਕਰ ਕਰਕੇ। ਤੁਸੀਂ ਆਪਣੇ ਆਪਣੇ ਟਾਈਮਾਂ 'ਤੇ ਕਦੇ ਵੀ ਤੁਸੀਂ ਆ ਕੇ ਮੇਰੇ ਕੋਲ 2 ਮਿੰਟ ਮੰਜੀ 'ਤੇ ਬੈਠੇ ਹੋ, ਪਹਿਲਾਂ ਤਾਂ ਇਹ ਦੱਸੋ। ਅਮੀ ਠੀਕ ਹੈ, ਅੱਜ ਤੋਂ ਬਾਅਦ ਬਵਾਂ ਕਰਾਂਗੇ ਕਿਉਂਕਿ ਵੇਖਣ ਵਾਲਿਆਂ ਨੇ ਹੁਣ ਜਿਹੜੀ ਮੇਰੀ ਕਲਾਸ ਲੈਣੀ। ਚੰਗਾ, ਇਹ ਤਾਂ ਨਹੀਂ ਹੁੰਦਾ ਵੀ ਵਾਲਦਿਆਂ ਨੂੰ ਪੈਸੇ ਦੇ ਛੱਡੀਏ ਅਤੇ ਕੱਪੜੇ ਦੇ ਛੱਡੀਏ ਅਤੇ ਸਭ ਕੁਝ ਦੇਈਏ, ਆਪਣਾ ਟਾਈਮ ਵੀ ਥੋੜ੍ਹਾ ਜਿਹਾ ਦੇਣਾ ਚਾਹੀਦਾ। ਨਾ ਸਿਰਫ ਆਪਣਾ ਟਾਈਮ ਬਲਕਿ ਆਪਣੀਆਂ ਜਨਾਨੀਆਂ ਕੋਲੋਂ ਵੀ ਟਾਈਮ ਦਵਾਉਣਾ, ਉਹਨਾਂ ਨੂੰ ਕਹਿਣਾ ਕਿ ਭਲੀਏ ਲੋਕੇ ਭਾਵੇਂ ਅੰਦਰ ਵੜ ਕੇ ਹੱਥ ਬੰਨ ਲਏ, ਲੇਕਿਨ ਉਹਨਾਂ ਨੂੰ ਕਿਹਾ ਕਿ ਜਾ ਕੇ ਥੋੜ੍ਹਾ ਜਿਹਾ ਹੱਥ ਬੰਨਣ, ਮੈਂ ਉਂਝ ਹੀ ਖੁਸ਼ ਹਾਂ ਉਹਨਾਂ 'ਤੇ। ਬਹਰਹਾਲ ਕੋਈ ਥੋੜ੍ਹਾ ਜਿਹਾ ਬੰਦੇ ਨੂੰ ਬਹਿ ਕੇ ਕੋਈ ਦੁੱਖ ਸੁੱਖ ਦੀ ਕਰਨੀ ਤਾਂ ਚਾਹੀਦੀ ਹੈ, ਜਿਸੇ ਵਡੇਰਾ ਬੰਦਾ ਹੋ ਜਾਵੇ ਉਹਦੇ ਕਈ ਖਿਆਲ ਹੋ ਜਾਂਦੇ। ਮੀਆਂ ਬੀਵੀ ਅਤੇ ਨਹੁੰ ਅਤੇ ਜਵਾਈ ਇਹ ਸਾਰੇ ਨੇ ਨਾ ਜਿਹੜੇ ਦੋਵੇਂ ਵੱਲ ਮਾਵਾਂ ਦੀ ਜ਼ਿਆਦਾ ਤੋਂ ਜ਼ਿਆਦਾ ਕਦਰ ਕਰੇ। ਵੇਖੋ, ਅਗਰ ਜਨਾਨੀ ਆਪਣੀ ਸੱਸ ਦੀ ਕਦਰ ਕਰੇਦੀ ਨਾ, ਤਾਂ ਜਣਾ ਵੀ ਫਿਰ ਆਪਣੀ ਸੱਸ ਦੀ, ਮਤਲਬ ਜਨਾਨੀ ਦੀ ਅੰਮਾ ਦੀ ਵੀ ਕਦਰ ਕਰੇਦਾ। ਇਹ ਗਿਵ ਐਂਡ ਟੇਕ ਹੈ ਲਾਈਫ, ਜਿੱਥੇ ਵੀ ਤੁਸੀਂ
ਵੀ ਤਾਂ ਮਾਪੇ ਹੁੰਦੇ ਨੇ, ਜਿਹੜੇ ਬੀਵੀ ਦੇ ਨੇ ਮਾਪੇ ਉਹ ਵੀ ਮਾਪੇ, ਮਰਦ ਦੇ ਵੀ ਉਹ ਮਾਪੇ ਹੁੰਦੇ ਨੇ। ਸਮਝ ਆਈ? ਕੋਈ ਐ ਨਹੀਂ ਕੋਈ ਜ਼ਰੂਰੀ ਜਿਹੜੇ ਜਿਹਨਾਂ ਜੰਮਿਆ ਜਣਾਇਆ ਉਹ ਹੀ ਮਾਪੇ ਨੇ, ਦੂਸਰੇ ਵੀ ਮਾਪੇ ਨੇ, ਸੋਚਣੇ ਵਾਲਿਆਂ ਵਾਸਤੇ ਉਹ ਵੀ ਮਾਪੇ। ਜ਼ਿੰਦਾਬਾਦ, ਅੱਲਾਹ ਤਾਲਾ ਤੁਹਾਨੂੰ ਸਦਾ ਸਲਾਮਤ ਰੱਖੇ, ਲੰਬੀ ਜ਼ਿੰਦਗੀ ਦੇ, ਔਰ ਜਿੰਨੇ ਜੀ ਵੇਖ ਰਹੇ ਨੇ ਇਹਨਾਂ ਵੀ ਸਾਰਿਆਂ ਨੂੰ ਅੱਲਾਹ ਜ਼ਿੰਦਗੀ ਦੇ, ਅੱਲਾਹ ਇਹਨਾਂ ਨੂੰ ਖੁਸ਼ ਰੱਖੇ ਅਤੇ ਆਬਾਦ ਰੱਖੇ, ਅਤੇ ਅੱਲਾਹ ਤਾਲਾ ਇਹਨਾਂ ਨੂੰ ਆਪਣੀਆਂ ਆਪਣੀਆਂ ਘਰਾਂ ਦੇ ਵਿੱਚ ਸੁਣਨ ਅਤੇ ਦੁਆ ਦੇ ਛੱਡਣ ਸਾਨੂੰ। ਮਾਂ ਦੀ ਦੁਆ ਅਤੇ ਜੰਨਤ ਦੀ ਹਵਾ ਕੋਲੇ ਹੋਵੇ ਤਾਂ ਦੁਨੀਆਂ ਦੀ ਕੋਈ ਕਿਸੇ ਜਾਨ ਦੀ ਟੈਨਸ਼ਨ ਨਹੀਂ ਹੁੰਦੀ ਹੈ। ਕਦਰ ਉਸ ਟਾਈਮ ਹੁੰਦੀ ਹੈ ਟੁਰ ਗਿਆ ਜਾਂ ਮਰ ਗਿਆ, ਲੇਕਿਨ ਅਸਲ ਇਨਸਾਨ ਉਹ ਹੀ ਹੁੰਦਾ ਜਿਹੜਾ ਟੁਰ ਗਿਆ ਜਾਂ ਮਰ ਗਿਆ ਦਾ ਇੰਤਜ਼ਾਰ ਨਾ ਕਰੇ, ਉਸ ਵਕਤ ਆਉਣ ਤੋਂ ਪਹਿਲੇ ਹੀ ਦੂਰਬੀਨ ਲੈ ਕੇ ਸੋਚੇ ਅਤੇ ਮਾਪਿਆਂ ਦੀ ਐਡਵਾਂਸ ਦੇ ਵਿੱਚ ਕਦਰ ਕਰੇ। ਪੰਜਾਬੀ ਰਾਕਟ ਸਾਇੰਸ ਅਤੇ ਪਾਪਾ ਕਿਆ ਕਿਆ ਨਾਮ ਹੈ? ਰਾਜਾ ਇਮਰਾਨ ਅਨਵਰ। ਅਤੇ ਦਾਦੋ ਕਾ? ਅਮੀਗਾ ਬੇਬੀ ਲਾਈਕ ਦੈਟ। ਪੰਜਾਬੀ ਵਾਕਿੰਗ ਸਾਇੰਸ ਜਾਂ ਲਾਈਕ ਸਬਸਕ੍ਰਾਈਬ। ਥੈਂਕ ਯੂ ਫੋਰ ਕਲੈਕਟਿੰਗ ਮਾਈ ਯੂਟਿਊਬ ਚਿਲਡਰਨਸ। ਤਮੂ ਅਨਵਰ ਜ਼ਿੰਦਾਬਾਦ। ਰਾਜਾ ਇਮਰਾਨ ਜ਼ਿੰਦਾਬਾਦ। ਰਾਜਾ ਇਮਰਾਨ ਇਨ ਜ਼ਿੰਦਾਬਾਦ। ਸਾਰੇ ਸੁਣਨੇ ਵਾਲੇ ਵੀ ਜ਼ਿੰਦਾਬਾਦ। ਸਾਰੇ ਸੁਣਦਾ ਹੈ ਜ਼ਿੰਦਾਬਾਦ। ਦੇਸੀ ਜ਼ਿੰਦਾਬਾਦ। ਪਰਦੇਸੀ ਜ਼ਿੰਦਾਬਾਦ। ਮਦੇਸੀ ਜ਼ਿੰਦਾਬਾਦ। ਖੁਸ਼ ਰਹੋ, ਖੁਸ਼ ਬਰਾਵੋ। ਵੀਡੀਓ ਸ਼ੇਅਰ ਕਰੋ, ਵੀਡੀਓ ਸ਼ੇਅਰ ਕਰੋ।